ਵਾਜੀ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰਦੇ ਹਾਂ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ, ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 4 ਮਹੱਲਾ ਤਰੇਲਪੁਰਾ ਦੀ ਆਪਣੀ ਦੁਨਾਲੀ ਬੰਦੂਕ ਦੀ ਸਫਾਈ ਦੇ ਦੌਰਾਨ ਅਚਾਨਕ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ। ਅਕਾਲੀ ਆਗੂ ਦੇ ਪੁੱਤਰ ਜਸਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਧਾਰੀਵਾਲ ਆਪਣੇ ਘਰ ਅੰਦਰ ਆਪਣੀ ਦੁਨਾਲੀ ਬੰਦੂਕ ਦੀ ਸਫਾਈ ਕਰ ਰਹੇ ਸਨ। ਇਸੇ ਦੌਰਾਨ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲ ਗਈ ਜੋ ਨਰਿੰਦਰ ਸਿੰਘ ਦੀ ਛਾਤੀ ਵਿੱਚ ਜਾ ਲੱਗੀ। ਵਾਪਰੀ ਇਸ ਦਰਦਨਾਕ ਘਟਨਾ ਤੇ ਸਥਾਨਕ ਰਾਜਸੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਦਲਜੀਤ ਸਿੰਘ ਪਿੰਡਰ, ਜਥੇਦਾਰ ਮੋਹਨ ਸਿੰਘ ਧਾਹੇ, ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਮੈਨੇਜਰ ਤਖ਼ਤ ਸਾਹਿਬ ਮਲਕੀਤ ਸਿੰਘ, ਇੰਦਰਜੀਤ ਸਿੰਘ ਅਰੋੜਾ, ਪ੍ਰਧਾਨ ਵਪਾਰ ਮੰਡਲ, ਠੇਕੇਦਾਰ ਗੁਰਨਾਮ ਸਿੰਘ, ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੋਤਾ, ਪ੍ਰਧਾਨ ਯੂਥ ਵਿੰਗ ਰੂਪਨਗਰ, ਬੀਬੀ ਕੁਲਵਿੰਦਰ ਕੌਰ, ਮਾਤਾ ਗੁਰਚਰਨ ਕੌਰ, ਪ੍ਰਧਾਨ ਇਸਤਰੀ ਸਤਸੰਗ ਸਭਾ, ਬੀਬੀ ਰਜਿੰਦਰ ਕੌਰ, ਤੇਜਿੰਦਰ ਕੌਰ, ਸੁਰਿੰਦਰਪਾਲ ਕੌਰ, ਕੌਂਸਲਰ ਜਸਵਿੰਦਰ ਸਿੰਘ, ਬੱਬੀ ਸੁਖਵਿੰਦਰ ਸਿੰਘ, ਬਿੱਟੂ ਐਡਵੋਕੇਟ ਰਵਿੰਦਰ ਸਿੰਘ ਰਤਨ ਆਦਿ ਸ਼ਾਮਲ ਨੇ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਘਟੀਆ ਰਾਜਨੀਤੀ ਨਾ ਕਰਨ। ਉਹਨਾਂ ਦੀ ਆਦਤ ਹੈ ਕਿ ਉਹ ਝੂਠੇ ਦੋਸ਼ ਲਾਉਣ ਮਗਰੋਂ ਜਦੋਂ ਸਾਬਤ ਕਰਨ ਦੀ ਵਾਰੀ ਆਉਂਦੀ ਹੈ ਤਾਂ ਭੱਜ ਜਾਂਦੇ ਨੇ। ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਵਿਰਸੇ ਵਿੱਚ 31,000 ਕਰੋੜ ਰੁਪਏ ਦਾ ਅਨਾਜ ਖਰੀਦ ਮਸਲਾ ਮਿਲਣ ਦੇ ਦਿੱਤੇ ਬਿਆਨ ਤੇ ਪ੍ਰਤੀਕਰਮ ਵਿੱਚ ਦਿੰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ 2004 ਦੀ ਕਾਂਗਰਸ ਸਰਕਾਰ ਵੇਲੇ ਤੋਂ ਇਕੱਠਾ ਹੁੰਦਾ ਆ ਰਿਹਾ ਮਸਲਾ ਸੀ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਜਾਖੜ ਤੇ ਕਾਂਗਰਸ ਪਾਰਟੀ ਇਸ ਮਸਲੇ ਵਿੱਚ ਹਮੇਸ਼ਾ ਦੋਗਲਾ ਸਟੈਂਡ ਅਪਣਾਉਂਦੀ ਹੈ। ਕਾਂਗਰਸ ਪਾਰਟੀ ਇਸ ਮਸਲੇ ਦਾ ਜਾਣਬੁੱਝ ਕੇ ਪੰਜਾਬ 'ਚ ਸਿਆਸੀਕਰਨ ਕਰਨਾ ਚਾਹੁੰਦੀ ਹੈ, ਜਦਕਿ ਸਰਕਾਰੀ ਤੌਰ 'ਤੇ ਉਹ ਮੰਨਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਖਰੀਦ ਦੇ ਮਾਮਲੇ ਵਿੱਚ ਟਰਾਂਸਪੋਰਟ ਤੇ ਲੇਬਰ ਖਰਚੇ ਗਿਣ ਦੀ ਊਣਤਾਈ ਰਹਿ ਜਾਣ ਦੇ ਕਾਰਨ ਇਹ ਰਕਮ ਇਕੱਠੀ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕ੍ਰੈਡਿਟ ਗੈਪ ਦੇ ਮਸਲੇ ਨੂੰ ਸਾਂਝੀਆਂ ਜ਼ਿੰਮੇਵਾਰੀਆਂ ਦੇ ਆਧਾਰ 'ਤੇ ਨਿਬੇੜੇ, ਕਿਉਂਕਿ ਅਨਾਜ ਦੀ ਖਰੀਦ ਜਾਖੜ ਨੂੰ ਸੂਬੇ ਦੇ ਕੇਸ ਨੂੰ ਕਮਜ਼ੋਰ ਕਰਨ ਵਾਸਤੇ ਕਹਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹ ਦਾਅਵਾ ਕਰ ਰਹੇ ਹਨ ਕਿ ਆਉਂਦਾ ਬਜਟ ਘਾਟੇ ਤੋਂ ਮੁਕਤ ਹੋਵੇਗਾ। ਉਹਨਾਂ ਕਿਹਾ ਕਿ ਇਹ ਇੱਕ ਰਿਕਾਰਡ ਹੈ ਕਿ ਕਾਂਗਰਸ ਸਰਕਾਰ ਨੇ ਬੁਨਿਆਦੀ ਢਾਂਚੇ ਦਾ ਕੋਈ ਵੀ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਅਤੇ ਪਿਛਲੇ 4 ਸਾਲਾਂ ਵਿੱਚ ਸੂਬੇ ਵਿੱਚ ਕੋਈ ਵੀ ਪੂੰਜੀ ਨਿਵੇਸ਼ ਨਹੀਂ ਹੋਇਆ। ਪ੍ਰਤੀ ਵਿਅਕਤੀ ਆਮਦਨ ਪਹਿਲੀ ਵਾਰ ਕੌਮੀ ਔਸਤ ਨਾਲੋਂ ਵੀ ਘੱਟ ਗਈ ਹੈ। ਬਜਾਏ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਉਹ ਆਪਣੀ ਸਰਕਾਰ ਦੀ ਕੋਈ ਵੀ ਕਾਰਜਕਾਰੀ ਨਾ ਹੋਣ ਬਾਰੇ ਵੀ ਸ਼ੇਖੀਆਂ ਮਾਰ ਰਹੇ ਨੇ। ਪੱਛਮੀ ਬੰਗਾਲ ਵਿੱਚ 7 ਮਾਰਚ ਦਾ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਇਤਿਹਾਸਕ ਚੁਣਾਵੀ ਟੱਕਰ ਦਾ ਗਵਾਹ ਬਣੇਗਾ। ਚੋਣਾਂ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਦੋਵੇਂ ਨੇਤਾ ਆਪਣਾ ਦਮ ਦਿਖਾਉਣਗੇ। ਪੀਐਮ ਮੋਦੀ ਐਤਵਾਰ ਨੂੰ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਰਸੋਈ ਗੈਸ ਦੀਆਂ ਵਧੀਆ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ ਤੇ ਰੈਲੀ ਕਰਨਗੇ। ਐਤਵਾਰ ਨੂੰ ਭਾਜਪਾ ਨੇ ਇੱਕ ਵਿਸ਼ਾਲ ਜਨਤਕ ਸਭਾ ਦੀ ਤਿਆਰੀ ਕੀਤੀ ਹੈ ਅਤੇ ਇਸ ਦੇ ਲਈ ਚੋਣ ਬੈਨਰ ਅਤੇ ਪੋਸਟਰ ਤਿਆਰ ਕੀਤੇ ਨੇ। ਚੋਣ ਐਲਾਨਾਂ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਰੈਲੀ ਹੋਵੇਗੀ। ਇਸ ਰੈਲੀ ਨੂੰ ਸੁਪਰਹਿੱਟ ਬਣਾਉਣ ਲਈ ਭਾਜਪਾ ਆਗੂ ਅਤੇ ਵਰਕਰ ਕੰਮ ਕਰ ਰਹੇ ਨੇ। ਭਾਜਪਾ ਦਾ ਟੀਚਾ ਲਗਭਗ 10 ਲੱਖ ਲੋਕਾਂ ਨੂੰ ਬ੍ਰਿਗੇਡ ਦੇ ਮੈਦਾਨ ਵਿੱਚ ਲਿਆਉਣਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਘਰ ਘਰ ਜਾ ਕੇ ਮੁਹਿੰਮ ਚਲਾ ਰਹੀ ਹੈ। ਬੰਗਾਲ ਦੀ ਚੋਣ ਵਿੱਚ ਭਾਜਪਾ ਲੀਡ ਨਾ ਲੈ ਸਕੇ, ਇਸ ਲਈ ਸੀਐਮ ਮਮਤਾ ਨੇ ਵੀ ਆਪਣੇ ਪ੍ਰਚਾਰ ਨੂੰ ਸਿਰੇ ਚਾੜਨ ਲਈ ਸੜਕ ਤੇ ਉਤਾਰਨ ਦੀ ਤਿਆਰੀ ਕੀਤੀ ਹੈ ਅਤੇ ਇਸ ਦੇ ਲਈ ਉੱਤਰੀ ਬੰਗਾਲ ਦੇ ਸਿਲੀਗੁੜੀ ਨੂੰ ਚੁਣਿਆ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਵੇਗੀ ਉਸ ਸਮੇਂ ਦੀਦੀ ਤ੍ਰਿਣਮੂਲ ਮਹਿਲਾ ਵਰਕਰਾਂ ਦੇ ਨਾਲ ਐਲਪੀਜੀ ਦੀਆਂ ਵਧੀਆਂ ਕੀਮਤਾਂ ਤੇ ਮਹਿੰਗਾਈ ਦੇ ਮੁੱਦੇ ਤੇ ਰੈਲੀ ਕਰੇਗੀ। ਪਹਿਲੇ ਪੜਾਅ ਵਿੱਚ ਪੱਛਮੀ ਬੰਗਾਲ ਦੀਆਂ 294 ਸੀਟਾਂ ਵਿੱਚੋਂ 30 ਸੀਟਾਂ ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 1 ਅਪ੍ਰੈਲ ਨੂੰ 30 ਹੋਰ ਸੀਟਾਂ ਤੇ ਦੂਜੇ ਪੜਾਅ ਦੀਆਂ ਵੋਟਾਂ ਪੈਣਗੀਆਂ। 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ 31 ਸੀਟਾਂ ਤੇ 10 ਅਪ੍ਰੈਲ ਨੂੰ ਚੌਥੇ ਪੜਾਅ ਦੀਆਂ 44 ਸੀਟਾਂ ਤੇ 17 ਅਪ੍ਰੈਲ ਨੂੰ ਪੰਜਵੇਂ ਪੜਾਅ ਦੀਆਂ 45 ਸੀਟਾਂ ਤੇ 6ਵੇਂ ਪੜਾਅ ਵਿੱਚ 22 ਅਪ੍ਰੈਲ ਨੂੰ 43 ਸੀਟਾਂ ਤੇ 26 ਅਪ੍ਰੈਲ ਨੂੰ 7ਵੇਂ ਪੜਾਅ ਦੀਆਂ 36 ਸੀਟਾਂ ਅਤੇ 29 ਅਪ੍ਰੈਲ ਨੂੰ 8ਵੇਂ ਪੜਾਅ ਵਿੱਚ 35 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ। ਨਤੀਜੇ 4 ਹੋਰ ਸੂਬਿਆਂ ਦੇ ਨਾਲ 2 ਮਈ ਨੂੰ ਐਲਾਨੇ ਜਾਣਗੇ। ਕਰਨਾਟਕ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਵਿਧਾਇਕ ਬੀ ਕੇ ਸੰਗਮੇਸ਼ਵਰਾ ਨੇ ਰਾਜ ਸਰਕਾਰ ਦੇ ਖਿਲਾਫ਼ ਵਿਰੋਧ ਦਰਜ ਕਰਵਾਉਂਦਿਆਂ ਆਪਣੀ ਕਮੀਜ਼ ਉਤਾਰ ਦਿੱਤੀ। ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਵਿੱਚ ਰਾਜ ਸਰਕਾਰ ਅਤੇ ਪੁਲਿਸ ਦੇ ਖਿਲਾਫ਼ ਆਪਣੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਸਮਰਥਕਾਂ ਦੇ ਖਿਲਾਫ਼ ਦਰਜ FIR ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਹ FIR ਭਦਰਾਵਾਠੀ ਵਿੱਚ ਇੱਕ ਪ੍ਰੋਗਰਾਮ ਦੇ ਸੰਬੰਧ ਵਿੱਚ ਦਰਜ ਕੀਤੀ ਗਈ ਸੀ। ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਸੀਟ ਨੇੜੇ ਪਹੁੰਚ ਕੇ ਇੱਕ ਰਾਸ਼ਟਰ ਇੱਕ ਚੋਣ ਦੇ ਵਿਸ਼ੇ ਤੇ ਵਿਚਾਰ ਵਟਾਂਦਰੇ ਵਿਰੁੱਧ ਵਿਰੋਧ ਜਤਾਇਆ ਅਤੇ ਇਸ ਨੂੰ ਦੇਸ਼ ਵਿੱਚ ਲੋਕਤੰਤਰ ਖਤਮ ਕਰਨ ਦੀ RSS ਦੀ ਸਾਜ਼ਿਸ਼ ਕਰਾਰ ਦਿੱਤਾ। ਕਰਨਾਟਕ ਦੇ ਮੁੱਖ ਮੰਤਰੀ BS ਯੇਦੀਯੁਰੱਪਾ ਨੇ ਵਿਧਾਨ ਸਭਾ ਵਿੱਚ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਖਿਲਾਫ਼ ਨਾਅਰੇਬਾਜ਼ੀ ਕਰਨ ਲਈ ਕਾਂਗਰਸ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਨੂੰ RSS ਬਾਰੇ ਬੋਲਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਹਾਂ, ਅਸੀਂ RSS ਤੋਂ ਹਾਂ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ RSS ਤੋਂ ਨੇ। ਕੀ ਤੁਹਾਨੂੰ RSS ਦੇ ਵਿਰੁੱਧ ਬੋਲਣ ਦਾ ਕੋਈ ਨੈਤਿਕ ਅਧਿਕਾਰ ਹੈ? ਵਿਧਾਨ ਸਭਾ ਦੇ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਦੇ 100 ਦਿਨ ਪੂਰੇ ਹੋਣ ਵਾਲੇ ਨੇ। ਅੰਦੋਲਨ ਹਾਲੇ ਲੰਮਾ ਚੱਲੇਗਾ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਰਾਜਸਥਾਨ ਪੰਚਾਇਤ ਵਿੱਚ ਮੰਚ ਤੋਂ ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਨੌਜਵਾਨਾਂ ਦੇ ਕੋਲ ਰੋਜ਼ਗਾਰ ਨਹੀਂ, ਉਹ ਹੁਣ ਬੈਰੀਕੇਡਿੰਗ ਤੋੜਨ ਦੀ ਤਿਆਰੀ ਕਰ ਲੈਣ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਇਹੋ ਕਿਹਾ ਹੈ ਕਿ ਖੇਤਾਂ ਤੋਂ ਰੋਜ਼ਗਾਰ ਪੈਦਾ ਹੁੰਦਾ ਹੈ। ਨਾਗੌਰ ਵਿੱਚ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਅਤੇ ਬਹੁਤ ਦੂਰ ਦੂਰ ਵਾਹਨ ਖੜੇ ਕੀਤੇ ਹੋਏ ਸਨ। ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਮਹਿੰਗਾਈ ਵੱਧ ਰਹੀ ਹੈ, ਗੈਸ ਤੇ ਸਿਲੰਡਰ ਦੀਆਂ ਕੀਮਤਾਂ ਵੱਧ ਰਹੀਆਂ ਨੇ, ਅਸੀਂ ਫਿਲਹਾਲ ਸਿਆਸਤ ਤੋਂ ਦੂਰ ਹਾਂ, ਉੱਧਰ ਗਰਮੀ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ, ਛੱਪਰ ਲਾਏ ਜਾ ਰਹੇ ਨੇ, ਕੂਲਰ ਆਉਣ ਵਾਲੇ ਨੇ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਤੇ ਵਿਅੰਗ ਕਰਦਿਆਂ ਕਿਹਾ ਕਿ ਸਰਕਾਰ ਕਿਤੇ ਗੁਆਚ ਗਈ ਹੈ। ਸਰਕਾਰ ਨੇ ਇੱਕ ਨਵੀਂ ਮੰਡੀ ਦਾ ਪਤਾ ਲਾ ਲਿਆ। ਪਾਰਲੀਮੈਂਟ ਵਿੱਚ ਪਤਾ ਲੱਗ ਗਿਆ ਹੈ ਕਿ ਨਵੀਂ ਮੰਡੀ ਪਾਰਲੀਮੈਂਟ ਹੈ। ਅਸੀਂ ਹੁਣ ਪਾਰਲੀਮੈਂਟ ਵਿੱਚ ਜਾ ਕੇ ਫਸਲ ਵੇਚਾਂਗੇ। ਟਿਕੈਤ ਨੇ ਕਿਹਾ ਕਿ ਸਾਡੀ ਪੰਚਾਇਤ ਰਾਜਸਥਾਨ ਤੋਂ ਮੱਧ ਪ੍ਰਦੇਸ਼ ਦੇ ਰੀਵਾ, ਜਬਲਪੁਰ, ਉੱਤਰ ਪ੍ਰਦੇਸ਼ ਅਤੇ ਪੂਰਵਾਂਚਲ ਵਿੱਚ ਬਣੀ ਹੈ ਅਤੇ ਕਰਨਾਟਕ ਵਿੱਚ ਹੋਵੇਗੀ। ਬੰਗਾਲ ਵਿੱਚ ਅਸੀਂ ਹੋਲੀ ਤੋਂ ਬਾਅਦ ਹੀ ਜਾਵਾਂਗੇ। ਭਾਜਪਾ ਜਿੱਥੇ ਝੋਲ ਲੜੇਗੀ ਉਸ ਨੂੰ ਹਰਾਉਣ ਜਾਵਾਂਗੇ। ਅਸੀਂ ਬੰਗਾਲ ਦੇ ਕਿਸਾਨ ਦੀ ਲੜਾਈ ਲੜਨ ਜਾਵਾਂਗੇ। ਨਿਊਜ਼ੀਲੈਂਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਆਪਣੇ ਘਰਾਂ ਤੋਂ ਵੀ ਬਾਹਰ ਨਿਕਲ ਆਏ। ਉੱਥੇ ਭੂਚਾਲ ਤੋਂ ਬਾਅਦ ਸੁਨਾਮੀ ਆਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਨਿਊਜ਼ੀਲੈਂਡ ਵਿੱਚ ਆਏ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ। ਭੂਚਾਲ ਦੇ ਨਾਲ ਗੰਭੀਰ ਨੁਕਸਾਨ ਦੀ ਕੋਈ ਖਬਰ ਨਹੀਂ। ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਉਹ ਅਜੇ ਵੀ ਇਹ ਅੰਦਾਜ਼ਾ ਲਾ ਰਹੇ ਹਨ ਕਿ ਭੂਚਾਲ ਕਾਰਨ ਸੁਨਾਮੀ ਆ ਸਕਦੀ ਹੈ। ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਏਜੰਸੀ ਨੇ ਤੱਟ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਤੇਜ਼ ਜਾਂ ਲੰਬੇ ਸਮੇਂ ਤੱਕ ਝਟਕੇ ਮਹਿਸੂਸ ਕਰਦੇ ਹਨ ਤਾਂ ਤੁਰੰਤ ਉੱਚੇ ਮੈਦਾਨੀ ਖੇਤਰਾਂ ਵਿੱਚ ਚਲੇ ਜਾਣ। ਅਵਾਜੇ ਕੰਮ ਟੀਵੀ ਨੂੰ ਪੱਤਰਕਾਰ ਲਾਲ ਸ਼ਰਮਾ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਂਦੀ ਚੌਂਕੀ ਫੈਜਪੁਰਾ ਦੇ ਇਲਾਕੇ ਵਿੱਚ ਸਥਿਤ ਇੱਕ ਹਾਈਡ ਐਂਡ ਆਊਟ ਨਾਮ ਦੇ ਰੈਸਟੋਰੈਂਟ ਕੰਮ ਵਾਰਦਾ ਹੈ, ਜਿੱਥੇ ਬੀਤੇ ਦਿਨੀ ਰੈਸਟੋਰੈਂਟ ਦੇ ਮਾਲਕ ਸਤਿੰਦਰਵੀਰ ਸਿੰਘ ਵੱਲੋਂ ਜਦੋਂ ਰੈਸਟੋਰੈਂਟ ਬੰਦ ਕੀਤਾ ਗਿਆ ਤਾਂ ਕੁਝ ਅਣਪਛਾਤੇ ਬੰਦਿਆਂ ਵੱਲੋਂ ਰੈਸਟੋਰੈਂਟ ਦਾ ਸ਼ਟਰ ਖੜਕਾ ਕੇ ਖਾਣੇ ਦੀ ਮੰਗ ਕੀਤੀ ਗਈ ਅਤੇ ਜਦੋਂ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਨੌਕਰ ਵੱਲੋਂ ਉਹਨਾਂ ਵਿਅਕਤੀਆਂ ਨੂੰ ਰੈਸਟੋਰੈਂਟ ਬੰਦ ਹੋਣ ਦਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਨੌਕਰ ਦੇ ਨਾਲ ਕੁੱਟਮਾਰ ਕਰਦਿਆਂ ਉਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਸੱਟਾਂ ਮਾਰੀਆਂ। ਜਦੋਂ ਰੈਸਟੋਰੈਂਟ ਦਾ ਮਾਲਕ ਸਤਿੰਦਰਵੀਰ ਸਿੰਘ ਵਿੱਚ ਬਚਾਅ ਕਰਨ ਆਇਆ ਤਾਂ ਉਹਨਾਂ 'ਤੇ ਵੀ ਤੇਜ਼ ਹਥਿਆਰਾਂ ਦੇ ਨਾਲ ਸੱਟਾਂ ਮਾਰੀ ਗਈਆਂ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਸਤਿੰਦਰਵੀਰ ਸਿੰਘ ਕੁਛ ਨਹੀਂ, ਉਹ ਆਏ ਸੀਗੇ ਅਣਪਛਾਤੇ ਬੰਦੇ ਹੈਗੇ ਸੀਗੇ ਅਤੇ 4-5 ਜਾਣੇ ਸੀਗੇ ਉਹਨਾਂ ਨੇ। ਸਭ ਤੋਂ ਪਹਿਲਾਂ ਮੇਰਾ ਸਟਾਫ ਦਾ ਮੁੰਡਾ ਜਿਹੜਾ ਉੱਥੇ ਰਹਿੰਦਾ, ਪੱਖਾ 24 ਘੰਟੇ ਮੇਨਟੇਨ ਕਰਦਾ ਪ੍ਰੋਪਰਟੀ ਨੂੰ, ਪਹਿਲਾਂ ਤਾਂ ਉਹਨੂੰ ਉਹਨਾਂ ਨੇ ਕੁੱਟਿਆ ਅਤੇ ਫਿਰ ਉਹਨੂੰ ਆਪਣਾ ਅਗਵਾਹ ਕਰਕੇ ਲੈ ਚੱਲੇ ਸੀਗੇ ਅਤੇ ਮੈਂ ਅੰਦਰ ਕੈਸ਼ ਕੁਸ਼ ਕਲੈਕਟ ਕਰਦਾ ਪਿਆ ਹਾਂ ਅਤੇ ਮੈਨੂੰ ਇੱਕਦਮ ਆਵਾਜ਼ ਆਈ ਵੀ 2 ਰੁਪਈਏ ਰੋਲਾ ਪੈਂਦਾ ਪਿਆ ਵਾ ਅਤੇ ਮੈਂ ਡਰ ਗਿਆ, ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਈ ਹੈ ਅਤੇ ਬਾਹਰ ਜਾ ਕੇ ਦੇਖਿਆ ਤਾਂ ਉਹਨੂੰ ਮਾਰ ਕੁੱਟ ਕੇ ਅਤੇ ਗੱਡੀ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਸੀਗੇ ਅਤੇ ਫਿਰ ਮੈਂ ਉਹਨੂੰ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨੂੰ ਮੈਂ ਫੜ ਕੇ ਅੰਦਰ ਵੀ ਕੀਤਾ ਮੁੰਡੇ ਨੂੰ ਅਤੇ ਸ਼ਟਰ ਡਾਊਨ ਕਰ ਲਿੱਤਾ। ਫਿਰ ਉਸ ਤੋਂ ਬਾਅਦ 'ਚ ਉਹਨਾਂ ਨੇ ਸ਼ਟਰ ਸ਼ੁਟਰ ਚੰਗੀ ਤਰ੍ਹਾਂ ਭੰਨਿਆ ਅਤੇ ਸ਼ਟਰ ਚੁੱਕ ਲਿੱਤਾ, ਚੁੱਕ ਲਿੱਤਾ ਅਤੇ ਮੈਂ ਬਾਹਰ ਗਿਆ ਅਤੇ ਮੈਂ ਪੁੱਛਿਆ ਕਿ ਕਾਰਨ ਕੀ ਹੈ ਵੀ ਤੁਸੀਂ ਕਿਉਂ ਕਰਦੇ ਪਏ ਜੇ ਇਸ ਤਰ੍ਹਾਂ ਤੰਗ। ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀਗਾ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੁੰਡੇ ਨੂੰ ਧੋਇਆ ਬਾਹਰ ਅਤੇ ਉਹਨੂੰ ਮੈਂ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਗਿਆ ਅਤੇ ਉਹਨਾਂ ਨੇ ਫਿਰ ਮੁੜ ਕੇ ਮੇਰੇ 'ਤੇ ਵੀ ਹਮਲਾ ਕੀਤਾ, ਜਾਨਲੇਵਾ ਹਮਲਾ ਕੀਤਾ ਵਾ, ਸਿਰ 'ਤੇ ਮੇਰੀ ਕੋਈ ਤਿੱਖੀ ਚੀਜ਼ ਮਾਰੀ ਆ ਅਤੇ ਉਨੀ ਦੇਰ ਨੂੰ ਮੈਨੂੰ ਪਤਾ ਨਹੀਂ ਲੱਗਾ ਅਤੇ ਸਾਰੇ ਬੰਦੇ ਫਿਰ ਉਸ ਤੋਂ ਬਾਅਦ 'ਚੋਂ ਕਾਫੀ ਮਤਲਬ ਉਹਨਾਂ ਨੇ ਮੇਰੇ 'ਤੇ ਹਮਲਾ ਹਮਲਾ ਕੀਤਾ। ਨੁਕਸਾਨ ਹੋਇਆ ਜੀ ਆਪਣਾ? ਕੁਛ ਨਹੀਂ, ਮੈਂ ਤਨਖਾਹ ਲੈ ਕੇ ਆਇਆ ਸੀਗਾ, ਮੁੰਡਿਆਂ ਨੂੰ ਸੈਲਰੀ ਵਗੈਰਾ ਪੇ ਕਰਨੀ ਸੀਗੀ, ਉਹ ਲਿਆਂਦੀ ਸੀਗੀ ਅਤੇ ਬਾਕੀ ਸੇਲ ਹੈਗੀ ਸੀਗੀ ਮੇਰੀ 18 ਵੀਆਂ, ਮਤਲਬ ਪਤਾ ਨਹੀਂ ਮੈਨੂੰ ਹੁਣ ਇਹ ਤਾਂ ਪੁਲਿਸ ਕਾਰਵਾਈ ਕਰੂਗੀ ਅਤੇ ਤਾਂ ਹੀ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਹੈਗਾ ਇਹ ਮਨਸ਼ਾ ਸੀਗੀ। ਵੀ ਉਸ ਤੋਂ ਬਾਅਦ 'ਚੋਂ ਇਹਨਾਂ ਨੇ ਮੇਰੇ ਕੋਲ ਪਹਿਲਾਂ ਸਨੈਚਿੰਗ ਕੀਤੀ, ਪੈਸੇ ਪੂਏ ਸਾਰੇ ਖੋਲ ਲਿੱਤੇ, ਮੈਨੂੰ ਉੱਧਰੋਂ ਧੂ ਕੇ ਬਾਹਰ ਲੈ ਕੇ ਗਏ ਆ ਅਤੇ ਉੱਧਰ ਟ੍ਰਿਲੀਅਮ ਤਾਂ ਲੱਗ ਗਏ ਇਹਨਾਂ ਨੂੰ। ਮੇਰੇ ਹਿਸਾਬ ਨਾਲ ਪਤਾ ਸੀਗੀ ਵੀ ਕੈਮਰੇ ਦੀ ਰੇਂਜ ਕਿੰਨੀ ਕੁ ਹੈਗੀ ਆ, ਪਹਿਲਾਂ ਮੇਰੇ ਉਹਨਾਂ ਨੇ ਬਾਹਰ ਤੱਕ ਕੀਤੀ ਆ। ਟੋਟਲ ਕਿੰਨੇ ਬੰਦੇ ਸੀ ਅਤੇ ਕੀ ਹਥਿਆਰ ਸੀ ਉਹਨਾਂ ਕੋਲ ਜਿਹੜੇ ਤੁਹਾਡੇ ਕੋਲ? 4-5 ਜਾਣੇ ਸੀਗੇ, ਇੰਨਾ ਪਤਾ ਨਹੀਂ, ਪਹਿਲਾਂ ਇਹਨਾਂ ਕੋਲ ਨਕੀਲੇ ਹਥਿਆਰ ਵੀ ਇਹਨਾਂ ਨੇ ਕੱਢੇ ਆ ਅਤੇ ਫਿਰ ਇਹਨਾਂ ਨੇ ਕੋਈ ਰੋਡਾਂ ਰੂਡਾਂ ਇੰਨਾ ਕੁ ਹੈਗੀਆਂ ਸੀਗੀਆਂ, ਉਹ ਵੀ ਇਹਨਾਂ ਨੇ ਉਹਨਾਂ ਉਹਦੇ ਨਾਲ ਵੀ ਮਾਰ ਕੀਤੀ। ਮੇਰੇ ਸਾਰੀ ਬਾਡੀ ਭਰੀ ਪਈ ਆ ਜੀ, ਸਿਰ ਪਾਟੇ ਪਿਆ, 3 ਥਾਵਾਂ ਤੋਂ ਸਿਰ ਪਾਟੇ ਆ, ਸਾਰੀ ਬਾਡੀ 'ਤੇ ਮਤਲਬ ਜ਼ਖਮ ਹੋਏ ਹੋਏ ਆ, ਮਤਲਬ ਨੀਲ ਪਏ ਆ ਮੇਰੀ ਸਾਰੀ ਬਾਡੀ 'ਤੇ, ਲੱਤਾਂ 'ਤੇ, ਬਾਹਾਂ 'ਤੇ, ਲੱਕ 'ਤੇ, ਅਤੇ ਪੈਸੇ ਮੇਰੇ ਖੋਹ ਕੇ ਲੈ ਗਏ ਆ। ਅਤੇ ਪੁਲਿਸ ਨੂੰ ਕੰਪਲੇਂਟ ਕੀਤੀ ਸੀਗੀ, PCR ਵੀ ਮੌਕੇ 'ਤੇ ਪਹੁੰਚੀ ਸੀਗੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਮੇਰੇ ਘਰ ਦੇ ਮਤਲਬ ਮੇਰੇ ਜਿਹੜੀ ਹਾਲ ਚ ਹੈਗਾ ਮੇਰੇ ਘਰ ਦੇ ਮੈਨੂੰ ਵੇਖ ਕੇ ਡਰ ਗਏ ਅਤੇ ਪਹਿਲਾਂ ਤਾਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਕਰਵਾਉਣ ਦੀ ਸੋਚੀ ਅਤੇ ਉਹਨਾਂ ਨੇ ਸੋਚਿਆ ਵੀ ਪੁਲਿਸ ਤਾਂ ਸਾਹਮਣੇ ਨਾਲ ਹੀ ਹੈਗੀ ਹੈ, 4-3-4 ਗੱਡੀਆਂ ਪੁਲਿਸ ਵਾਲਿਆਂ ਦੀਆਂ ਲੱਗੀਆਂ ਸੀਗੀਆਂ ਵੀ ਪੁਲਿਸ ਉਹ ਆਪਣੀ ਕਸਟਡੀ 'ਚ ਲੈ ਆਊਗੀ
पुलिस ने कोई कार्रवाई नहीं की, पुलिस ने अपनी कस्टडी भी नहीं बंदे लिते। बाद चो पता लगा भी ना लिखा के उन्होंने बंदे भेज दिए वापस कर। मैं इंसाफ की मांग करता वा जी भी पहला सब तो पहला बंदे गिरफ्तार होने से पता लगे भी की उन्होंने मंशा की सी, तो बाकी जो मेरे से सट्टा सुट्टा लगिया वा तो पुलिस मैं वो चीज़ का इंसाफ दवा। पे कारण कोई नहीं, घरों लगे ही तो टाइम साढ़े ग्यारह बारह का टाइम हो गया ही, साफ साफ चल गया ही तो कोई मैंबर उत्थे है नहीं। एक साडा पुराना बंदा लगा सैप छोड़ा छुड़ाया वो बैठा ही, उन्होंने धोए कहते भी बाहर निकलो ये, तो कहता की काम की दसो मैनू, कहता तू खाली कर तू पाजा तू लगा क्यों डिग्या, मैं बाकी सारे बंद मैं कड़ दिया तू कौन निकलता, तू कहता बाकी सारे बंदे कटाते ही कटना ने तू कौन निकलता खाली कर इतों आ बार खाली करो तीन भैं गंद पाया इतने पता व्यापार लैके जा के ना जो मालिक लगा सा ना सा कोई पछाण नहीं पता नहीं सू पता नहीं पुलिस पता तो सू तो कहते मालिक साड़ी गलबात है ही आ चाहे उन्हें मालिक ने किया नहीं पता की किन्ने किया जी सा बड़ा किया बहुत धोखा किया बहुत बहुत धोखा सट्टा लगे हुई तो मैं बयान नहीं कर सकता जिन्नी सट्टा मैं बच्चे लाइया उन्होंने प्रशासन को मंग करता बच्चे जो किता बहुत सट्टा लाइया पै खोल साड़ी बड़ी बेनती की बहुत ज़्यादा नुकसान किया प्रशासन सू इंसाफ चाहिए बच्चे सट्टा बहुत लाती सू नजाय तंग करते पे प्रॉपर्टी का लगे हाँ जी पुलिस ने शिकायत की अभी पुलिस अपना चौंकी पैजपुरा चौंकी की शिकायत हुई है मिशा रोड थाना गा उत्थे की सू तंग करते जान के अपना मालिक भी तंग करता शायद वही शरारत ना आए तो साढ़े काम ही बंद पे साढ़े आने का कोई पता नहीं कहना साढ़े सारे शटर बंद या छोटा शटर खुला अं घर चले हाँ ना तो साढ़े कोई उम्म चलता पे जरा साढ़े आने के भी रोटी मंगे कोई या खान मंगे काम तो कोई चलता नहीं पाया नहीं तो काम चलता फिर तो बंदा कह भी नहीं तुम रोटी खानी आओ खानी बिल्कुल बंद पाया ये साढ़े ये 12 बजे की बात है बच्चे चले ही घर आते ही कल बैठा ही बेड़ा मेरा कला ही एक अपना नौकरी साहब है दो जने सिर्फ है दो सट्टा बहुत सट्टा मारियाँ बहुत ज्यादा नुकसान किया हाँ साढ़े फोटो सब कोई पी सीढ़ी पर तुम दे देने सब कोई जितना तू तू खड़े पे उन्होंने कहते निकल बार दिन चुके लै जा तू खाली कर बार खाली कर एक कहते बार खाली कर बार खाली कर चुके लै गए मुंडे बड़ा कुटिया बड़ा मारिया तेज तैयार आना बहुत कुटिया जी इंसाफ मंगते मंगते गवर्नमेंट को मेरा नाम वीर है सर हाँ जी कितने काम कर भाई हेड ऑडिट में काम करता सर की कारण है जी जो हमला सर हेड तो हमला किया था पहले आए दो लड़के आए ठीक है उसके बाद मैं उनको एंटर करके मैं शटर बंद कर रहा था वो पार्टी बुकिंग कराने आए थे तो इतने में मैं शटर बंद करने गया तो चार पांच लड़के बाहर खड़े थे उन्होंने पूछा इतना पूछा कुछ मिलेगा मैंने कहा सर तो क्लोजिंग हो चुका है बंद हो चुका है अब कुछ नहीं है कता भी तो गए मैंने कहा सर वो बुकिंग के लिए आए अब कुछ नहीं हो सकता इसमें बंद हो रहा है तो इतने में जो गड्ढे में बैठा था वो लड़का उसने गाल गुल झाड़ ली मेरे को मतलब ऐसे माँ बाप गाल झाड़ के मेरे को मतलब ज़बरदस्ती करने को सीखी उसने मेरे को खींच के भी लेके बाहर आए करे साला करो ये खाली करो ये करो पता नहीं क्या क्या खाली करा रहे थे रेस्टोरेंट खाली करा रहे थे पता नहीं क्या करा रहे थे ये मेरे को मैं तो पहले मजाक में बात समझ रहा था फिर वो आ गए मेरे को चुप के ले गए कितने बंदे थे वो चार पांच लड़के थे अच्छा हाँ चार पांच मेरे को लेके उन्होंने गड्ढे में बैठा लिया हाँ फिर सर आए मेरे जो मालिक हैं वो आए उन्होंने मेरे को छुड़ाया उसके बाद मैं अंदर आया मेरे को उन्होंने मारा भी है फिर मेरे बाद मेरे सर पे सट लगी है उसके बाद मेरे सर को भी सट लगी है उन्होंने चार पांच बंदे थे उनके साथ भी मेरे को पहले बंद कर दिया अंदर पहले मेरे को मारा कुटा मेरे सर में भी चोट आई हुई है पट्टी करा रखी है मैंने हाँ फिर मेरे को शटर के अंदर करके शटर बाहर से बंद करके फिर मेरे मालिक के पीछे पड़े वो मालिक के भी बाद में देखा तो अंदर आए मालिक उनके भी खाली लहू पूरा लहू पड़ा था हाँ कपड़े सारे मेरे मालिक के सर मैं तो यहाँ पूरा उनका जो बनियान अगला ये सर पड़ा हुआ था पूरा लो पूरा बनियान वो अभी मैं रखा हुआ बनियान से मालिक रखा हुआ है तो तैयार है और हाँ बनियान हाँ जी हाँ कौन कौन से तैयार थे उनके पास हथियार साहब मेरे को नाम नहीं पता पता नहीं क्या क्या था उनके पास नाम मेरे को नहीं पता दो तीन थे उनके क्या थे नाम पता नहीं मेरे को
वो क्या था, दो तीन थे उनके पास। कारण की ये झगड़ा था जेड़ा उन्होंने झगड़ा सर मेरे से ही हुआ है, मेरे को बचाने मालिक आए, मालिक के फिर उन्होंने मालिक के ऊपर हमला किया। नहीं जो बोल रहे हो बार बार कह रहे थे रेस्टोरेंट खाली, पता नहीं सर क्या खाली करने कर रहे थे, रेस्टोरेंट खाली कराने कर रहे थे क्या कर रहे थे, पहले उन्होंने सैंपल बात की, फिर वो खाली करने के बाद फिर मेरे से गाली गलौज की। मुझे क्या पता सर क्या मांग क्या करते हो सर, मैं तो मैं ये करता हूँ ऐसे, मतलब रोज आते हैं ये चोर उसके जो है डाको, इनको पुलिस क्या कर रही है, क्या करती है, पुलिस पकड़ के ले जाती है, छोड़ दिया फिर उन्होंने। हाँ पुलिस ने क्यों छोड़ दिया, मेरा बयान ले जाती है, कम से मेरा तो बयान ले जाती है। अब मैं ये चाहता हूँ पुलिस को, वो मेरा सारा कुछ लूट के ले गया, मुझे छोड़ मेरे मालिक को छोड़ मार के गए। हाँ पुलिस से पकड़ा, छोड़ दिया, ले गया फिर लेट लूट के ले गया जो अपनी थी। क्यों उन्होंने छोड़ दिया पुलिस, मैं सोचा पुलिस पकड़ेगी शायद, मेरा बयान लेने को छोड़ दिया उसी टाइम, मुझे लगता है छोड़ दिया, नहीं तो मेरा बयान लेने अब तक क्यों नहीं आई, आज 3-4 दिन हो गए पुलिस क्यों नहीं आई, पुलिस को इसके अब मैं कहाँ जाऊँ, मेरे मैं तो अकेला बंदा हूँ यहाँ, ये सारा रिश्तों बंदों को पढ़ाए। हाँ जी भाई अपना नाम ये सही सिकंदर सिंह जी, ये मसला सारा जो हाई एंड आउट रेस्टोरेंट रात में हमला आया है ये जी, इनफॉरमेशन मिली ही कि साढ़े इलाके ना एक हाई आउट रेस्टोरेंट हैगा, कि उत्थे एक मोटरसाइकिल ते एक गड्डी ते 4-5 व्यक्ति जिहड़े सवार हो के आए ने, करीब 12 बजे रात आए ने, ते उन्हां ने आण के पहला नौकर नूं नाल माड़ा चंगा बोलिया, ते फिर उहदे मालक जिहड़ा सतिंदरवीर सिंह आ उहदे नाल वध घट बोलिया, ते जदों आपस विच इहनां दी झड़प होई ते फिर इहदे विच नौकर नूं ते सतिंदरवीर नूं जिहड़ियां सट्टां लगियां। की पता लगा कि की कारण सी इह झगड़े दा जी, वजह रंजिश अंदर ही आए ने भी खाण पीन वास्ते बैठन वास्ते, पर टाइम ज़्यादा होने करके उन्होंने कहा भी हूँ बंद कर चुके जी, अभी 10 बजे बंद कर चुके हैं, तो जिहड़ा सतिंदरवीर है ये दाखिल ही, इन्हां दी MLR नहीं आई अजे, जो भी MLR मिल गई उस तो बाद जो भी कार्रवाई होगी की जाए। हाँ उन्होंने दस्या कंप्लेन की भी मतलब वो साढ़े को कैश ही करीब 50,000 रुपया कैश भी हैगा है, पर जो MLR आने पर ही अगली कार्रवाई अमल में लिया जाऊ। नहीं लुट नहीं कहा जा सकता, ये तो मतलब एक दुकान आ रेस्टोरेंट बनया जिथे कोई भी आ सकता, मतलब लेट करके जे 12 बजे के करीब आए ने, तो उदो इन्होंने वध घट एक दूजे बोले। सीसीटीवी फुटेज साढ़े को नहीं है गई, पर इन्होंने रिकॉर्ड की है ली, इन्होंने सीसीटीवी कैमरे के आए हैं। अते हुण अज दीआं मुख खबरां समाप्त करदे हां, धन्नवाद।